ਬੰਗਾਲ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਗੈਰ ਸਰਕਾਰੀ ਸੰਸਥਾ ਨਾਲ ਮਿਲ ਕੇ ਜੰਗਲ ਦੇ ਨੇੜੇ ਰਹਿੰਦੇ ਲੋਕਾਂ ਨੂੰ ਹਾਥੀਆਂ ਤੋਂ ਬਚਾਉਣ ਲਈ ਇੱਕ ਯੰਤਰ ਲਾਇਆ। ਇਹ ਯੰਤਰ ਹਾਥੀਆਂ ਦੇ ਆਉਣ ਦੀ ਸੂਚਨਾ ਦੇਵੇਗਾ ਜਿਸ ਨਾਲ ਲੋਕਾਂ ਨੂੰ ਹਾਥੀਆਂ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਯੰਤਰ ਦੀ ਸਥਾਨਕ ਨਿਵਾਸੀਆਂ ਵੱਲੋਂ ਖੂਬ ਪ੍ਰਸ਼ੰਸਾ ਹੋ ਰਹੀ ਹੈ। ਐਕਚੁਅਲੀ ਹਮ ਲੋਗ ਸਤਰਕ ਰਹਿ ਸਕਤਾ ਹੈ ਤਾਂ ਕਿ ਫਸਲ ਤੋਂ ਖਾਤਾ ਹੈ ਕਭੀ ਕਭੀ ਹਮ ਲੋਗੋ ਕੋ ਜੰਗਲ ਸਾਹਮਣੇ ਬਸਤੀ ਕੇ ਸਾਹਮਣੇ ਇੱਕਦਮ ਟਚ ਮੇ ਬਾਉਂਡਰੀ ਮੇ ਅਗਰ ਹਮ ਲੋਗੋ ਕੋ ਪਤਾ ਚਲਤਾ ਹੈ ਤੋ ਸ਼ਾਇਦ ਹਮ ਲੋਗ ਵਹਾਂ ਸੇ ਭਾਗ ਸਕਤਾ ਹੈ। मतलब जान का थोड़ा सेफ हो सकता है, ये अच्छा बात है। और ऐसा एक जगह नहीं, अब सक्सेस हुआ तो तीन चार जगह रख देने से और अच्छा, क्योंकि आती एक वन साइड से नहीं आता है, चारों तरफ से आता है। आप तो चारों तरफ खुला खुला ही है।